ਜੀ ਸਰ, ਜੈ ਹਿੰਦ ਸਾਰਿਆਂ ਨੂੰ ਜੀ। ਐਫ ਆਈ ਆਰ ਨੰਬਰ 129 ਡੇਟਡ 28/9/2024 ਅੰਡਰ ਸੈਕਸ਼ਨ 2285 NDPS ਐਕਟ ਕੱਲ੍ਹ ਇੱਕ ਰਜਿਸਟਰਡ ਕੀਤਾ ਗਿਆ ਸੀ। ਇਹਦੇ ਵਿੱਚ ASI ਸੁਸ਼ੀਲ ਕੁਮਾਰ ਅਤੇ ਉਹਦੀ ਟੀਮ ਨੇ ਪਿੰਡ ਬਾਸ ਬਾਹਰ ਦੇ ਨੇੜੇ ਇੱਕ ਨਾਕਾ ਲਾਇਆ ਸੀ, ਤਾਂ ਉੱਥੇ ਇੱਕ ਵਿਅਕਤੀ ਜਿਹਦਾ ਨਾਮ ਅਜੇ ਕੁਮਾਰ ਸਾਨੋਫ ਰਾਮਚੰਦ ਵਾਸੀ ਹਾਊਸ ਨੰਬਰ 255 ਰਾਮਨਗਰ ਨੰਗਲ ਦਾ ਰਹਿਣ ਵਾਲਾ ਹੈ, ਇਹ ਜਾ ਰਿਹਾ ਸੀ। ਉਹਨੇ ਆਪਣੇ ਹੱਥ ਵਿੱਚ ਪੁਲਿਸ ਪਾਰਟੀ ਨੂੰ ਘਬਰਾ ਕੇ ਇੱਕ ਲਿਫਾਫਾ ਥੱਲੇ ਸੁੱਟ ਦਿੱਤਾ ਸੀ, ਤਾਂ ਲਿਫਾਫਾ ਚੈੱਕ ਕਰਨ 'ਤੇ ਉਹਦੇ ਵਿੱਚ ਜਿਹੜਾ ਹੈਗਾ ਇੱਕ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ, ਵਾਈਟ ਪਾਊਡਰ। ਅਤੇ ਉਹਨੂੰ ਮਤਲਬ ਉਸ ਤੋਂ ਬਾਅਦ ਸਰਤਾਜ ASI ਨੇ ਆ ਕੇ ਅਗਲੀ ਕਾਰਵਾਈ ਕੀਤੀ ਅਤੇ ਕਰੀਬ ਉਹ 21 ਗ੍ਰਾਮ ਜਿਹੜਾ ਹੈਗਾ ਨਸ਼ੀਲਾ ਪਦਾਰਥ ਉਹ ਬਰਾਮਦ ਕੀਤਾ ਗਿਆ। ਹਾਂਜੀ, 21 ਗ੍ਰਾਮ। ਇਹ ਬਾਹ NFL ਦੇ ਕੋਲ ਬਾਸ ਪਿੰਡ ਦੇ ਬਾਹਰ ਉੱਥੇ ਏਰੀਆ ਉੱਥੇ ਕੀਤਾ ਗਿਆ। ਨਹੀਂ, ਇਸ ਤੋਂ ਪਹਿਲਾਂ ਕੋਈ FIR ਰਜਿਸਟਰਡ ਨਹੀਂ ਹੈਗੀ ਜੀ, ਇਹ ਫਸਟ FIR ਹੈ। ਪਰ ਮੈਨੂੰ ਵੀ ਜੋ ਪਤਾ ਲੱਗਿਆ ਕਿ ਕਾਫੀ ਇਹ ਸਮਗਲਰ ਹੈ, ਮਤਲਬ ਅਡਿਕਟ ਨਹੀਂ ਸੀ, ਇਹ ਸਮਗਲਿੰਗ ਹੀ ਕਰਦਾ ਸੀ ਜੋ ਮੈਨੂੰ ਪਤਾ ਲੱਗਿਆ। ਵਿਦਆਊਟ ਨੰਬਰ ਹੀ ਸੀ ਜੀ ਇਹ। ਕਰੀਬ ਕੱਲ 5:30 ਦੀ ਗੱਲ ਹੈ, ਸ਼ਾਮ। ਕਿੰਨੀ ਉਮਰ ਦਾ ਸਰ ਬੰਦਾ ਹੈ? ਇੱਕ ਤਕਰੀਬਨ 30 ਸਾਲ ਦੇ ਕਰੀਬ ਇਹਦੀ ਹੈ। ਇਹ ਮੀਟ ਦੀ ਇੱਥੇ ਕੋਈ ਕਰਦਾ ਸੀ ਪਹਿਲਾਂ ਦੁਕਾਨ। ਅੱਛਾ, ਅਜੂ ਮੀਟ ਵਾਲਾ ਇਹਨੂੰ ਕਹਿੰਦੇ ਸੀ ਜੀ। ਹੁਣ ਨਹੀਂ ਕਰਦਾ, ਹੁਣ ਨਹੀਂ ਕਰਦਾ। ਠੀਕ, ਇਹ ਰਿਮਾਂਡ ਵਗੈਰਾ ਲਿਆ ਗਿਆ? ਹਾਂਜੀ, ਇਹਦਾ ਪੁਲਿਸ ਰਿਮਾਂਡ ਲਿਆ ਗਿਆ ਫਿਲਹਾਲ ਇੱਕ ਦਿਨ ਦਾ। ਇਹ ਹੈਗਾ ਜੀ ਅਜੇ ਕੁਮਾਰ ਸਨ ਆਫ ਰਾਮਚੰਦਰ ਵਾਸੀ ਹਾਊਸ ਨੰਬਰ 255 ਰਾਮਨਗਰ ਜੀ। ਹਾਂਜੀ ਹਾਂਜੀ, ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਐਕਸਾਈਜ਼ ਐਕਟ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ ਜੀ। ਤਾਂ ਇਹਦੇ ਵਿੱਚ ਇੱਕ ਜਿਹੜੀ ਪੂਜਾ ਨਾਮ ਦੀ ਲੇਡੀ ਹੈ ਜੋ ਪਰਚੂੰਗੀਆਂ 'ਚ ਰਹਿੰਦੀ, ਪਤਨੀ ਵਿਨੋਦ ਕੁਮਾਰ ਵਾਸੀ 436 ਵਾਰਡ ਨੰਬਰ 7 ਮੁਹੱਲਾ ਰਾਜਨਗਰ ਦੀ, ਕਿਹੜੀ ਔਰਤ ਹੈ, ਇੱਕ 14 ਬੋਤਲਾਂ ਦੇ ਮਤਲਬ ਇਹਨਾਂ ਕੋਲ ਫੜੀਆਂ ਸੀ ਜੀ, ਸੰਤ ਮੇਡ ਇਨ ਹਿਮਾਚਲ ਪ੍ਰਦੇਸ਼ ਸੰਤਰਾ, ਦੇਸੀ ਜਿਹੜੀ ਖਵਾਜਾ। ਹਾਂਜੀ ਹਾਂਜੀ ਹਾਂਜੀ, ਫੜੀ ਹੈ ਚੀਫ ਦੇ ਕੋਲੋਂ, ਜਿਹੜੀ ਚੀਫ ਕੋਲ ਝੁੰਗੀਆਂ ਉੱਥੇ ਖੜੀ ਸੀ ਜੀ। ਮਤਲਬ ਇਹ ਹੈ ਕਿ ਜਿਹੜਾ ਲੋਕ ਹੈ ਉਹ ਪਹਿਲਾਂ ਆਪਣੇ ਜੇ ਚੰਗੇ ਕੰਮ ਕਰਨਗੇ ਤਾਂ ਸਮਾਜ ਚੰਗਾ ਰਹੂਗਾ ਜੀ, ਉਹ ਵੀ ਸਮਾਜ ਦਾ ਇੱਕ ਪਾਰਟ ਨੇ, ਅਗਰ ਗਲਤ ਕੰਮ ਕਰਨਗੇ ਤਾਂ ਮਤਲਬ ਨਤੀਜਾ ਭੁਗਤਣਾ ਪੈਣਾ ਅਸੀਂ ਕਰਾਂਗੇ। ਇਹ ਸ਼ਰਾਬ ਮਤਲਬ ਵੇਚਣ ਲੱਗੀ ਸੀ, ਮਤਲਬ ਖੜੀ ਸੀ ਕਾਕਾਂ ਦੀ ਭਾਲ ਦੇ ਵਿੱਚ। ਇਹ ਸਿਸਟਰ 'ਤੇ ਸੀ ਪਹਿਲਾਂ ਇੱਕ NDPS ਦਾ ਮੁਕੱਦਮਾ ਦਰਜ, ਇਹਦਾ ਆਪਾਂ ਜੁਡੀਸ਼ੀਅਲ ਲਿਆ ਹੈ ਅਤੇ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਹੋ ਗਈ ਸੀ। ਹਾਂਜੀ, ਇਹ ਅਡਿਕਟ ਨਹੀਂ ਹੈਗਾ ਜੀ, ਇਹ ਸਪਲਾਇਰ ਸੀ, ਇਹ ਅੱਗੇ ਚੱਲ ਰਿਹਾ ਜੀ, ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ। ਓਕੇ ਸਰ, ਸਰ ਬਾਹਰ ਤਾਂ ਕੱਢੋ ਉਹਨੂੰ। ਹਾਂਜੀ ਹਾਂਜੀ, ਨਮਸਕਾਰ ਦੋਸਤੋ, ਮੈਂ ਅਸ਼ੋਕ ਚੋਪੜਾ, ਤੁਸੀਂ ਦੇਖ ਰਹੇ ਹੋ ਸਾਡੀ ਹਲਚਲ ਲਾਈਵ ਤਸਵੀਰਾਂ, ਤੁਸੀਂ ਦੇਖ ਰਹੇ ਸੀਗੇ ਨੰਗਲ ਥਾਣਾ ਦੇ ਪ੍ਰਭਾਰੀ ਇੰਸਪੈਕਟਰ ਰਾਹੁਲ ਸ਼ਰਮਾ ਦੀਆਂ, ਜਿਹੜੇ ਦੱਸ ਰਹੇ ਸੀ ਕਿ ਇੱਕ ਅਜੇ ਕੁਮਾਰ ਨਾਮਕ ਯੁਵਕ ਜੋ ਰਾਮਨਗਰ ਦਾ ਰਹਿਣ ਵਾਲਾ, ਉਹਨੂੰ 21 ਗ੍ਰਾਮ ਨਸ਼ੀਲੇ ਪਾਊਡਰ ਦੇ ਸਹਿਤ ਗ੍ਰਿਫਤਾਰ ਕੀਤਾ ਗਿਆ। ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਇਹ ਨਿਆ ਨੰਗਲ ਦੇ ਬਾਸ ਪਿੰਡ ਦੇ ਕੋਲੋਂ ਹੋਈ ਹੈ, ਜਿੱਥੇ ਇੱਕ ਨਾਕੇਬੰਦੀ ASI ਸੁਸ਼ੀਲ ਕੁਮਾਰ ਦੇ ਨੇਤਰ 'ਚ ਲੱਗੀ ਗਈ ਸੀਗੀ। ਅਤੇ ਉਹ ਨਾਕੇ ਨੂੰ ਦੇਖ ਕੇ ਘਬਰਾ ਕੇ ਜਿਹੜਾ ਅਜੇ ਕੁਮਾਰ ਸੀਗਾ, ਇਹਨੇ ਜਿਹੜਾ ਇੱਕ ਇਹਦੇ ਹੱਥ 'ਚ ਲਿਫਾਫਾ ਸੀਗਾ, ਲਿਫਾਫਾ ਸਿੱਟਿਆ, ਲੇਕਿਨ ਪੁਲਿਸ ਨੇ ਮੁਸਤੈਦੀ ਨਾਲ ਉਸ ਲਿਫਾਫੇ ਨੂੰ ਫੜ ਕੇ ਜਾਂ ਚੈੱਕ ਕੀਤਾ ਤਾਂ ਉਹਦੇ ਵਿੱਚੋਂ 21 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ, ਜਿਸ ਦੇ ਆਧਾਰ 'ਤੇ ਇਹਨੂੰ
ਜਿਸ ਦੇ ਆਧਾਰ ਤੇ ਇਹਨੂੰ ਅਦਾਲਤ ਪੇਸ਼ ਕੀਤਾ, ਜਿੱਥੇ ਮਾਨਿਆ ਕੋਰਟ ਨੇ ਇਹਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਸੀਗਾ ਤੇ ਜਿੱਥੇ ਗਹਿਣਤਾ ਦੇ ਨਾਲ ਪੁੱਛਤਾਛ ਕੀਤੀ ਜਾਈ ਹੈ। ਤੇ ਥਾਣਾ ਪ੍ਰਭਾਰੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਸਾਫ ਕਿਹਾ ਕਿ ਇਹ ਨਸ਼ੇ ਦਾ ਆਦੀ ਨਾ ਹੋ ਕੇ ਇਹ ਨਸ਼ੇ ਦਾ ਸੌਦਾਗਰ ਸੀ, ਨਸ਼ਾ ਅੱਗੇ ਸਪਲਾਈ ਕਰਦਾ ਸੀਗਾ ਤੇ ਨਸ਼ਾ ਹੀ ਵੇਚਣ ਅੱਗੇ ਜਾ ਰਿਹਾ ਸੀ ਕਿ ਪੁਲਿਸ ਦੇ ਹੱਥ ਚੜ ਗਿਆ। 21 ਗ੍ਰਾਮ ਨਸ਼ੀਲਾ ਪਾਊਡਰ ਫੜਿਆ ਗਿਆ ਜੀ। ਇਸ ਤੋਂ ਇਲਾਵਾ ਇੱਕ ਮੁਹੱਲਾ ਰਾਜਨਗਰ ਦੀ ਝੁੰਗੀਆਂ ਦੇ ਵਿੱਚੋਂ ਪੂਜਾ ਨਾਮਕ ਇੱਕ ਲੇਡੀਜ਼ ਨੂੰ ਗ੍ਰਿਫਤਾਰ ਕੀਤਾ, ਜਿਹੜੀ ਸ਼ਰਾਬ ਵੇਚਣ ਦੇ ਪ੍ਰਯਾਸ ਸੀਗੀ ਚੀਫ ਰੈਸਟੋਰੈਂਟ ਦੇ ਕੋਲ, ਉਹਨੂੰ ਸ਼ਰਾਬ ਦੀਆਂ 14 ਬੋਤਲਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ ਤੇ ਦੋਹੇ ਮਾਮਲੇ ਪੁਲਿਸ ਨੇ ਇਹ ਕੀਤੇ ਆ। ਤੇ ਅੱਜ ਇਸੀ ਮੁੱਦੇ ਨੂੰ ਲੈ ਕੇ ਅੱਜ ਥਾਣਾ ਪ੍ਰਭਾਰੀ ਇੰਸਪੈਕਟਰ ਰਾਹੁਲ ਸ਼ਰਮਾ ਨੇ ਪ੍ਰੈਸ ਵਾਰਤਾ ਕੀਤੀ ਸੀ। ਪ੍ਰੈਸ ਵਾਰਤਾ ਦੇ ਵਿੱਚ ਸਾਫ਼ ਕਹਿ ਦਿੱਤਾ ਗਿਆ ਕਿ 21 ਗ੍ਰਾਮ ਇੱਕ ਬੰਦੇ ਤੋਂ ਅਜੇ ਕੁਮਾਰ ਤੋਂ, ਜਿਹੜਾ ਰਾਮਨਗਰ ਦਾ ਨਿਵਾਸੀ ਸੀ, ਤੇ ਉਸ ਤੋਂ ਸਵਾ ਬਰਾਜੀ ਜੀ ਕੀ ਕਹਿੰਦੇ ਹੋ, ਕੀ ਕਿਹਾ ਜਾਣਕਾਰੀ ਦਿੱਤੀ ਪੁਲਿਸ ਵਾਲਿਆਂ ਨੇ, SHO ਸਾਹਿਬ ਨੇ ਕੀ ਜਾਣ ਬੋਲੋ ਫਿਰ? ਜਨਾਬ ਪੁਲਿਸ ਬਾਰੇ ਕੋਈ ਜਾਣਕਾਰੀ ਨਹੀਂ, ਜੋ ਤੁਸੀਂ ਪ੍ਰੈਸ ਤੁਸੀਂ ਵੀ ਸੁਣ ਸਰਕਾਰ ਦਾ ਕੋਈ ਮਕਸਦ ਨਹੀਂ ਹੁੰਦਾ ਭਾਜੀ, ਪੱਤਰਕਾਰ ਥੋੜੀ ਦੱਸ ਸਕਦੇ, ਤੇ SHO ਸਾਹਿਬ ਨੂੰ ਪੁੱਛੋ ਭਾਜੀ। ਨਹੀਂ ਤੁਸੀਂ ਪ੍ਰੈਸ ਕਾਨਫਰੰਸ ਅਟੈਂਡ ਕਰਕੇ ਆਏ ਆ, ਦੇਖੋ ਜਿੱਦਾਂ ਤੁਸੀਂ ਪ੍ਰੈਸ ਕਾਨਫਰੰਸ ਅਟੈਂਡ ਕੀਤੀ ਸੇਮ ਮੈਂ ਕੀਤੀ, ਮੇਰਾ ਕੋਈ ਫਰਜ਼ ਨਹੀਂ ਬਣਦਾ, ਮੇਰਾ ਕੋਈ ਹੱਕ ਨਹੀਂ ਬਣਦਾ, ਸੇਮ ਅਸੀਂ ਗੱਡੀ ਦਾ ਨੰਬਰ ਦੇ ਦਈਏ, ਗੱਡੀ ਨੰਬਰ ਜਿਹੜਾ ਹੈਗਾ ਦੱਸਿਆ ਉਹਨਾਂ ਨੇ ਉਹ ਦੇ ਦਿਓ, ਸਾਡੀ ਦਾ ਨਾ ਦੇ ਦਿਓ। ਬਿਲਕੁਲ ਜੀ, 21 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਅਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ। ASI ਸੁਸ਼ੀਲ ਕੁਮਾਰ ਨੇ ਨਾਕਾ ਲਗਾਇਆ ਸੀ ਕਿ ਬਾਸ ਪਿੰਡ ਦੇ ਵਿੱਚ, ਜਿੱਥੋਂ ਬਾਅਦ ਨਸ਼ੀਲਾ ਪਾਊਡਰ ਬਰਾਮਦ ਕਰਨ ਤੋਂ ਬਾਅਦ ਉਹਨੂੰ ਸਬ ਇੰਸਪੈਕਟਰ ਜਿਹੜੇ ਨਿਆ ਨੰਗਲ ਪੁਲਿਸ ਚੌਂਕੀ ਦੇ ਇੰਚਾਰਜ ਹੈ ਸਰਤਾਜ ਜੀ, ਉਹਨਾਂ ਨੇ ਪੂਰੇ ਮਾਮਲੇ ਦੀ ਕਾਰਵਾਈ ਕੀਤੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਗ੍ਰਿਫਤਾਰ ਅਜੇ ਕੁਮਾਰ ਹੈ ਉਹਨੂੰ ਲਿਆਂਦਾ ਜਾ ਰਿਹਾ। ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ ਜੀ ਫਿਲਹਾਲ ਇਹ। ਮੀਟ ਦਾ ਕੰਮ ਦੱਸਿਆ ਗਿਆ ਕਿ ਮੀਟ ਦਾ ਕੰਮ ਕਰਦਾ ਸੀ, ਲੇਕਿਨ ਅੱਜ ਕੱਲ੍ਹ ਨਸ਼ੇ ਦੇ ਕਾਰੋਬਾਰ 'ਚ ਲਿਪਤ ਹੋ ਗਿਆ ਸੀਗਾ ਅਤੇ ਨਸ਼ਾ ਸਪਲਾਈ ਕਰਦਾ, ਨਾ ਕਿ ਇਹ ਨਸ਼ਾ ਪੀਂਦਾ ਹੈ। ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ, SHO ਨਾਲ ਹੈ, ASI ਕੇਸ਼ਵ ਜੀ, ASI ਹੋਰ ਵੀ ਜਿਹੜੇ ਨਾਲ, SHO ਸਾਹਿਬ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਇਹ ਜਿਹੜੀ ਕਾਰਵਾਈ ਹੋਈ ਹੈ ਜ਼ਿਲ੍ਹਾ ਪੁਲਿਸ ਪ੍ਰਮੁੱਖ ਗੁਰਨੀਤ ਸਿੰਘ ਖੁਰਾਨਾ ਦੀ ਦਿਸ਼ਾ ਨਿਰਦੇਸ਼ ਠੀਕ ਨਹੀਂ ਕੀਤਾ ਅਤੇ ਤਹਿਤ ਇਹ ਜਿਹੜੀ ਕਾਰਵਾਈ ਹੋਈ ਸੀਗੀ। ਇੱਕ ਬੰਦਾ 21 ਗ੍ਰਾਮ ਨਸ਼ੀਲੇ ਪਾਊਡਰ ਚਿੱਟੇ ਨਾਲ ਗ੍ਰਿਫਤਾਰ ਗਿਆ, ਜਿਹਦਾ ਨਾਮ ਅਜੇ ਕੁਮਾਰ ਹੈ, ਅਤੇ ਇੱਕ ਪੂਜਾ ਨਾਮਕ ਮਹਿਲਾ ਜਿਹੜੀ ਸ਼ਰਾਬ ਦੇ ਨਾਲ ਪਕੜੀ ਗਈ ਹੈ, 14 ਬੋਤਲਾਂ ਜਿਹੜੀਆਂ ਹਿਮਾਚਲ 'ਚ ਵਿਕਣ ਵਾਲੀ ਸ਼ਰਾਬ ਸੀ ਉਹਦੇ ਨਾਲ ਗ੍ਰਿਫਤਾਰ ਕੀਤੀ ਗਈ ਹੈ। ਅਤੇ ਕੁੱਲ ਮਿਲਾ ਕੇ 2 ਮਾਮਲੇ ਦਰਜ ਹੋਏ ਆ ਜੀ। 2 ਮਾਮਲਿਆਂ 'ਚੋਂ 1 ਬੰਦਾ ਪੁਲਿਸ ਰਿਮਾਂਡ 'ਤੇ ਅਤੇ 2 ਨੂੰ ਜਿਹੜੀ ਲੇਡੀਜ਼ ਪਕੜੀ ਗਈ ਹੈ ਉਹਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ। ਅਤੇ ਹੁਣ ਵਾਸਤੇ ਇੰਨਾ ਜੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।